ਸਾਨੂੰ ਇੱਕ ਬਹੁਤ ਹੀ ਇਤਿਹਾਸਿਕ ਖਬਰ ਮਿਲੀ ਹੈ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਹਦੇ ਲਾਂਘੇ ਦੀਆਂ ਤਿਆਰੀਆਂ ਦੋਨਾਂ ਦੇਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਾਕ ਸਰਕਾਰ ਵੱਲੋਂ ਇਹ ਕੰਮ ਬਹੁਤ ਵੱਡੀ ਪੱਧਰ 'ਤੇ ਜੰਗੀ ਪੱਧਰ 'ਤੇ ਹੋ ਰਹੇ ਨੇ। ਸਾਨੂੰ ਇਹ ਸੂਚਨਾ ਮਿਲੀ ਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਇਮਰਾਨ ਖਾਨ ਜੀ 8 ਨਵੰਬਰ ਨੂੰ ਲਾਂਘੇ ਦੀ ਆਰੰਭਤਾ ਕਰਨ ਜਾ ਰਹੇ ਨੇ। ਇਸ ਲਾਂਘੇ ਦੇ ਖੁੱਲ੍ਹਣ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਆਪਸੀ ਪਿਆਰ, ਮੁਹੱਬਤ, ਇਤਫਾਕ ਦਾ ਵਾਤਾਵਰਨ ਪੈਦਾ ਹੋਏਗਾ, ਸ਼ਾਂਤੀ ਹੋਏਗੀ, ਖੁਸ਼ਹਾਲੀ ਹੋਏਗੀ ਦੋਨਾਂ ਦੇਸ਼ਾਂ ਵਾਸਤੇ। ਖਾਸ ਕਰਕੇ ਸਿੱਖਾਂ ਵਾਸਤੇ, ਜਿਹੜੇ ਵਿਸ਼ਵ ਭਰ ਵਿੱਚ ਸਿੱਖ ਵੱਸਦੇ ਨੇ, ਉਹਨਾਂ ਵਾਸਤੇ ਇਤਿਹਾਸਿਕ ਅਵਸਰ ਹੋਏਗਾ। ਮੈਂ ਦੇਸ਼ ਵਿਦੇਸ਼ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਮੁਬਾਰਕਬਾਦ ਵੀ ਦਿੰਦਾ ਅਤੇ ਸਾਨੂੰ ਸਾਰਿਆਂ ਨੂੰ ਸਹਿਯੋਗੀ ਹੋ ਕੇ ਦੋਨਾਂ ਦੇਸ਼ਾਂ ਵੱਲੋਂ ਜਿਹੜਾ ਲਾਂਘੇ ਦਾ ਕਾਰਜ ਹੋ ਰਿਹਾ ਵਾ ਉਹਦੇ 'ਚ ਸਹਿਯੋਗੀ ਬਣਨਾ ਚਾਹੀਦਾ ਵਾ। ਭਾਰਤ ਸਰਕਾਰ ਵੱਲੋਂ ਇਹ ਡੇਟ ਜਿਹੜੀ ਆ ਉਹ 11 ਨਵੰਬਰ ਮਿਥੀ ਗਈ ਆ ਅਤੇ 11 ਨਵੰਬਰ ਨੂੰ ਲਾਂਘੇ ਦੀ ਓਪਨਿੰਗ ਦਾ ਉਹਨਾਂ ਨੇ ਐਲਾਨ ਕੀਤਾ ਵਾ। ਦੋਨਾਂ ਦੇਸ਼ਾਂ ਵੱਲੋਂ ਹੀ ਇਹ ਕੰਮ ਜਿਹੜੇ ਨੇ ਜੰਗੀ ਪੱਧਰ 'ਤੇ ਵੱਡੀ ਪੱਧਰ 'ਤੇ ਹੋ ਰਹੇ ਨੇ। ਲਾਂਘਾ ਖੁੱਲ੍ਹਣ ਦੇ ਨਾਲ ਦੋਨਾਂ ਦੇਸ਼ਾਂ ਵਿੱਚ ਕਾਰੋਬਾਰ, ਵਪਾਰ, ਆਪਸੀ ਪਿਆਰ, ਮੁਹੱਬਤ ਵਧੇਗੀ। ਮੈਂ ਇਸ ਲਾਂਘੇ 'ਤੇ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੁਬਾਰਕਬਾਦ ਦਿੰਦਾ।